ਜੋ ਪੰਚਾਇਤੀ ਚੋਣਾਂ 15 ਤਰੀਕ ਨੂੰ ਹੋ ਰਹੀਆਂ ਉਹਦੇ ਚ ਜੋ ਮੌਜੂਦਾ ਸਰਕਾਰ ਨੇ ਧੱਕੇਸ਼ਾਹੀ ਕੀਤੀ ਬਹੁਤ ਹੀ ਲੋਕਾਂ ਨੂੰ ਆਪਣੇ ਪੇਪਰ ਨਹੀਂ ਪਰ ਦਿੱਤੇ ਗਏ ਤੇ ਬਹੁਤ ਧੱਕੇ ਨਾਲ ਆਪਣੇ ਬੰਦਿਆਂ ਨੂੰ ਜਾਂ ਪੈਸੇ ਲੈ ਲੈ ਕੇ ਤੇ ਉਹਨਾਂ ਨੂੰ ਸਰਪੰਚ ਬਣਾਉਣ ਵਾਸਤੇ ਦੂਜਿਆਂ ਲੋਕਾਂ ਦੇ ਪੇਪਰ ਰੱਦ ਕੀਤੇ ਗਏ ਉਹਨਾਂ ਕੋ ਖੋ ਲੈ ਗਏ ਪਾੜ ਦਿੱਤੇ ਗਏ ਇਹ ਵੀ ਬਹੁਤ ਮਾੜੀ ਗੱਲ ਆ ਉਹ ਤੋਂ ਬਾਅਦ ਵੀ ਜਿਹੜੀਆਂ ਹੁਣ ਇਲੈਕਸ਼ਨ ਹੋ ਰਹੀ ਆ ਕੁਝ ਤੇ ਹਾਈ ਕੋਰਟ ਨੇ ਉਹਨਾਂ ਨੂੰ ਕੈਨਸਲ ਕਰ ਦਿੱਤਾ ਗਿਆ ਕਿ ਉਹਦੇ ਬਾਰੇ ਕੀ ਫੈਸਲਾ ਆਉਂਦਾ ਜੇ ਉਹ ਵੀ ਪੈਂਡਿੰਗ ਆ ਦੂਸਰਾ ਜਿਹੜਾ ਇਹ ਜਿਹੜੀਆਂ ਹੋ ਰਹੀਆਂ 15 ਤਰੀਕ ਨੂੰ ਇਲੈਕਸ਼ਨ ਉਹ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਤੁਸੀਂ ਇਹ ਇਲੈਕਸ਼ਨ ਲੜਦਿਆਂ ਹੋਇਆਂ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਤੇ ਇਹਦੇ ਚ ਕੋਈ ਵੀ ਇਹੋ ਜੀ ਗੱਲ ਨਾ ਹੋਵੇ ਕਿ ਜਿਹੜੀ ਆਉਣ ਵਾਲੇ ਸਮੇਂ ਲਈ ਸਾਡੇ ਲਈ ਖਤਰਨਾਕ ਹੋ ਸਕਦੀ ਹੋਵੇ ਇਹਦੇ ਚ ਵੀ ਸੁਣਨ ਚ ਆਇਆ ਕਿ ਦੋ ਚਾਰ ਜਗ੍ਹਾ ਤੇ ਇਹ ਜਿਹੜੀਆਂ ਕਿ ਗੋਲੀਆਂ ਚੱਲੀਆਂ ਇੱਕ ਦੋ ਕਤਲ ਵੀ ਹੋ ਗਏ ਆ ਤੇ ਇਹ ਬਹੁਤ ਮਾੜੀ ਗੱਲ ਆ ਤੇ ਇਸ ਕਰਕੇ ਇਹ ਤੋਂ بچਣ ਦੀ ਲੋੜ ਆ ਤੇ ਆਪਾਂ ਨੂੰ ਆਪਸੀ ਭਾਈਚਾਰਾ ਇਲیکشن ਲੜਦੇ ਆ ਹੋਇਆ ਵੀ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਲੋੜ ਆ ਇਹਦੇ ਵਾਸਤੇ ਤੁਸੀਂ ਸਾਰੇ ਜਾਣੇ ਤੇ ਇਸ ਆਪਸੀ ਸਹਿਯੋਗ ਨਾਲ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਕੇ ਇਲیکشن ਲੜੋ ਤੇ ਇਹ ਜਿਹੜੇ ਕਿ ਲੋਕਤੰਤਰ ਨੂੰ ਦਾਬ ਤੇ ਬਹੁਤ ਵੱਡਾ ਇਹਨਾਂ ਨੇ ਮੌਜੂਦਾ ਸਰਕਾਰ ਨੇ ਕਤਲ ਕੀਤਾ ਹੀ ਆ ਪਰ ਵੀ ਜਿੰਨਾ ਕੋਈ ਬਚ ਰਿਹਾ ਉਹਨੇ ਕਿ ਨੂੰ ਬਚਾਉਣ ਦੀ ਲੋੜ ਆ ਜੋ ਪੰਚਾਇਤੀ ਚੋਣਾਂ 15 ਤਰੀਕ ਨੂੰ ਹੋ ਰਹੀਆਂ ਉਹਦੇ ਚ ਜੋ ਮੌਜੂਦਾ ਸਰਕਾਰ ਨੇ ਧੱਕੇਸ਼ਾਹੀ ਕੀਤੀ ਬਹੁਤ ਹੀ ਲੋਕਾਂ ਨੂੰ ਆਪਣੇ ਪੇਪਰ ਨਹੀਂ ਪਰ ਦਿੱਤੇ ਗਏ ਤੇ ਬਹੁਤ ਧੱਕੇ ਨਾਲ ਆਪਣੇ ਬੰਦਿਆਂ ਨੂੰ ਜਾਂ ਪੈਸੇ ਲੈ ਲੈ ਕੇ ਤੇ ਉਹਨਾਂ ਨੂੰ ਸਰਪੰਚ ਬਣਾਉਣ ਵਾਸਤੇ ਦੂਜਿਆਂ ਲੋਕਾਂ ਦੇ ਪੇਪਰ ਰੱਦ ਕੀਤੇ ਗਏ ਉਹਨਾਂ ਕੋ ਖੋ ਲੈ ਗਏ ਪਾੜ ਦਿੱਤੇ ਗਏ ਇਹ ਵੀ ਬਹੁਤ ਮਾੜੀ ਗੱਲ ਆ ਉਹ ਤੋਂ ਬਾਅਦ ਵੀ ਜਿਹੜੀਆਂ ਹੁਣ ਇਲੈਕਸ਼ਨ ਹੋ ਰਹੀ ਆ ਕੁਝ ਤੇ ਹਾਈ ਕੋਰਟ ਨੇ ਉਹਨਾਂ ਨੂੰ ਕੈਨਸਲ ਕਰ ਦਿੱਤਾ ਗਿਆ ਕਿ ਉਹਦੇ ਬਾਰੇ ਕੀ ਫੈਸਲਾ ਆਉਂਦਾ ਜੇ ਉਹ ਵੀ ਪੈਂਡਿੰਗ ਆ ਤੇ ਦੂਸਰਾ ਜਿਹੜਾ ਇਹ ਜਿਹੜੀਆਂ ਹੋ ਰਹੀਆਂ 15 ਤਰੀਕ ਨੂੰ ਇਲੈਕਸ਼ਨ ਉਹ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਤੁਸੀਂ ਇਹ ਇਲੈਕਸ਼ਨ ਲੜਦਿਆਂ ਹੋਇਆਂ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਤੇ ਇਹਦੇ 'ਚ ਕੋਈ ਵੀ ਇਹੋ ਜਿਹੀ ਗੱਲ ਨਾ ਹੋਵੇ ਕਿ ਜਿਹੜੀ ਆਉਣ ਵਾਲੇ ਸਮੇਂ ਲਈ ਸਾਡੇ ਲਈ ਖਤਰਨਾਕ ਹੋ ਸਕਦੀ ਹੋਵੇ ਇਹਦੇ 'ਚ ਵੀ ਸੁਣਨ ਚ ਆਇਆ ਕਿ 2-4 ਜਗ੍ਹਾ ਤੇ ਇਹ ਜਿਹੜੀਆਂ ਕਿ ਗੋਲੀਆਂ ਚੱਲੀਆਂ ਇੱਕ ਦੋ ਕਤਲ ਵੀ ਹੋ ਗਏ ਆ ਤੇ ਇਹ ਬਹੁਤ ਮਾੜੀ ਗੱਲ ਆ ਤੇ ਇਸ ਕਰਕੇ ਇਹ ਤੋਂ ਬਚਣ ਦੀ ਲੋੜ ਆ ਤੇ ਆਪਾਂ ਨੂੰ ਆਪਸੀ ਭਾਈਚਾਰਾ ਇਲੈਕਸ਼ਨ ਲੜਦੇ ਆ ਹੋਇਆ ਵੀ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਲੋੜ ਆ ਇਹਦੇ ਵਾਸਤੇ ਤੁਸੀਂ ਸਾਰੇ ਜਾਣੇ ਤੇ ਇਸ ਆਪਸੀ ਸਹਿਯੋਗ ਨਾਲ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਕੇ ਇਲੈਕਸ਼ਨ ਲੜੋ ਤੇ ਇਹ ਜਿਹੜੇ ਕਿ ਲੋਕਤੰਤਰ ਨੂੰ ਦਾਬਤ ਬਹੁਤ ਵੱਡਾ ਇਹਨਾਂ ਨੇ ਮੌਜੂਦਾ ਸਰਕਾਰ ਨੇ ਕਤਲ ਕੀਤਾ ਹੀ ਆ ਪਰ ਵੀ ਜਿੰਨਾ ਕੁ ਬਚ ਰਿਆ ਉਹਨੇ ਕਿ ਨੂੰ ਬਚਾਉਣ ਦੀ ਲੋੜ ਆ ਜੋ ਪੰਚਾਇਤੀ ਚੋਣਾਂ 15 ਤਰੀਕ ਨੂੰ ਹੋ ਰਹੀਆਂ ਉਹਦੇ ਚ ਜੋ ਮੌਜੂਦਾ ਸਰਕਾਰ ਨੇ ਧੱਕੇਸ਼ਾਹੀ ਕੀਤੀ ਬਹੁਤ ਹੀ ਲੋਕਾਂ ਨੂੰ ਆਪਣੇ ਪੇਪਰ ਨਹੀਂ ਪਰ ਦਿੱਤੇ ਗਏ ਤੇ ਬਹੁਤ ਧੱਕੇ ਨਾਲ ਆਪਣੇ ਬੰਦਿਆਂ ਨੂੰ ਜਾਂ ਪੈਸੇ ਲੈ ਲੈ ਕੇ ਤੇ ਉਹਨਾਂ ਨੂੰ ਸਰਪੰਚ ਬਣਾਉਣ ਵਾਸਤੇ ਦੂਜਿਆਂ ਲੋਕਾਂ ਦੇ ਪੇਪਰ ਰੱਦ ਕੀਤੇ ਗਏ ਉਹਨਾਂ ਕੋ ਖੋ ਲੈ ਗਏ ਪਾੜ ਦਿੱਤੇ ਗਏ ਇਹ ਵੀ ਬਹੁਤ ਮਾੜੀ ਗੱਲ ਆ ਉਹ ਤੋਂ ਬਾਅਦ ਵੀ ਜਿਹੜੀਆਂ ਹੁਣ ਇਲੈਕਸ਼ਨ ਹੋ ਰਹੀ ਆ ਕੁਝ ਤੇ ਹਾਈ ਕੋਰਟ ਨੇ ਉਹਨਾਂ ਨੂੰ ਕੈਨਸਲ ਕਰ ਦਿੱਤਾ ਗਿਆ ਕਿ ਉਹਦੇ ਬਾਰੇ ਕੀ ਫੈਸਲਾ ਆਉਂਦਾ ਜੇ ਉਹ ਵੀ ਪੈਂਡਿੰਗ ਆ ਤੇ ਦੂਸਰਾ ਜਿਹੜਾ ਇਹ ਜਿਹੜੀਆਂ ਹੋ ਰਹੀਆਂ 15 ਤਰੀਕ ਨੂੰ ਇਲੈਕਸ਼ਨ ਉਹ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਤੁਸੀਂ ਇਹ ਇਲੈਕਸ਼ਨ ਲੜਦਿਆਂ ਹੋਇਆਂ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਤੇ ਇਹਦੇ 'ਚ ਕੋਈ ਵੀ ਇਹੋ ਜਿਹੀ ਗੱਲ ਨਾ ਹੋਵੇ ਕਿ ਜਿਹੜੀ ਆਉਣ ਵਾਲੇ ਸਮੇਂ ਲਈ ਸਾਡੇ ਲਈ ਖਤਰਨਾਕ ਹੋ ਸਕਦੀ ਹੋਵੇ ਇਹਦੇ 'ਚ ਵੀ ਸੁਣਨ ਚ ਆਇਆ ਕਿ 2-4 ਜਗ੍ਹਾ ਤੇ ਇਹ ਜਿਹੜੀਆਂ ਕਿ ਗੋਲੀਆਂ ਚੱਲੀਆਂ ਇੱਕ ਦੋ ਕਤਲ ਵੀ ਹੋ ਗਏ ਆ ਤੇ ਇਹ ਬਹੁਤ ਮਾੜੀ ਗੱਲ ਆ ਤੇ ਇਸ ਕਰਕੇ ਇਹ ਤੋਂ ਬਚਣ ਦੀ ਲੋੜ ਆ ਤੇ ਆਪਾਂ ਨੂੰ ਆਪਸੀ ਭਾਈਚਾਰਾ ਇਲੈਕਸ਼ਨ ਲੜਦੇ ਆ ਹੋਏ ਆ ਵੀ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਲੋੜ ਆ ਇਹਦੇ ਵਾਸਤੇ ਤੁਸੀਂ ਸਾਰੇ ਜਾਣੇ ਤੇ ਇਸ ਆਪਸੀ ਸਹਿਯੋਗ ਨਾਲ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਕੇ ਇਲੈਕਸ਼ਨ ਲੜੋ ਤੇ ਇਹ ਜਿਹੜੇ ਕਿ ਲੋਕਤੰਤਰ ਨੂੰ ਦਾਬਤ ਬਹੁਤ ਵੱਡਾ ਇਹਨਾਂ ਨੇ ਮੌਜੂਦਾ ਸਰਕਾਰ ਨੇ ਕਤਲ ਕੀਤਾ ਹੀ ਆ ਪਰ ਵੀ ਜਿੰਨਾ ਕੋਈ ਬਚ ਰਿਹਾ ਉਹਨੇ ਕਿ ਨੂੰ ਬਚਾਉਣ ਦੀ ਲੋੜ ਆ